जलंधर के एलपी लो गेट के साथ स्थित हरदासपुर में देर रात जगह खाली करवाने को लेकर हुए विवाद में गोली चली। इस विवाद में एक व्यक्ति घायल हो गया, जिसे फगवाड़ा के अस्पताल में दाखिल करवाया गया। जानकारी के मुताबिक एनआरआई त्रिलोचन सिंह देर रात 25-30 व्यक्तियों के साथ हरदासपुर में अपने किराए पर दी हुई जगह को खाली करवाने के लिए पहुंचा था और देर रात 2 बजे के करीब जगह खाली करवाने पहुंचे एनआरआई का दूसरे पक्ष के साथ विवाद हो गया। इसी दौरान गोली भी चली, जिसके कारण एक व्यक्ति घायल हो गया और जिसे फगवाड़ा के अस्पताल में दाखिल करवाया गया। फिलहाल पुलिस मामले की जांच कर रही है। 12:30 ਦਾ ਟਾਈਮ ਸੀ। 35-30 ਬੰਦੇ ਆਏ ਰਫਲਾ ਔਰ ਕੁਰਬਾਨਾ ਨਾਲ ਸਾਰੀ ਰਾਤ ਗੋਲੀਆਂ ਚਲਾਈਆਂ। ਸਾਡੇ ਦਰਵਾਜ਼ੇ ਵੀ ਭੰਨੇ। ਬਾਅਦ 'ਚ ਮੇਰੀ ਕੁੜੀ ਤੱਕ ਮੇਰੀ ਭਤੀਜੀ ਮੇਰੇ ਕੋਲ ਸੀ। ਇਹ 3 ਜੀ ਘਰ ਸੀਗੇ। ਬਾਅਦ 'ਚ ਅੰਦਰਲਾ ਦਰਵਾਜ਼ਾ ਵੀ ਭੰਨਣ ਲੱਗ ਪਿਆ। ਕਹਿੰਦੇ ਨੇ ਅਸੀਂ ਗੋਲੀਆਂ ਲੱਗੇ ਮਾਰਨੇ, ਬੂਹਾ ਖੋਲ ਦਿਓ ਤੁਸੀਂ। ਹੈ ਕੌਣ ਸੀ ਉਹ? ਉਹ ਪਤਾ ਨਹੀਂ, ਬੇਪਛਾਣ ਬੰਦੇ ਮੂੰਹ ਮੰਨਿਓ ਸੀ। 25-30 ਬੰਦੇ ਸੀ। ਸਰਦਾਰ ਵੀ ਸੀਗੇ ਵਿੱਚ, ਮੋਦੇ ਵੀ ਸੀ, ਕੁਰਬਾਨਾ ਵੀ ਸੀਗੇ ਉਹਨਾਂ ਕੋਲ, ਰਫਲਾ ਬਹੁਤ ਸੀ ਉਹਨਾਂ ਕੋਲ ਸਾਰੀ ਰਾਤ। ਪਿੰਡ ਹਰਦਾਸਪੁਰ ਦੇ ਸਰਪੰਚ ਨੇ ਸਵੇਰੇ ਕਰੀਬ 7 ਵਜੇ ਤਲਾਹ ਦਿੱਤੀ ਆ। ਨਰਿੰਦਰ ਸਿੰਘ ਸਰਪੰਚ ਨੇ ਹਰਦਾਸਪੁਰ ਦੇ ਵੀ ਸਾਡੇ ਪਿੰਡ ਦੇ ਵਿੱਚ ਨਾ ਕੋਈ ਕਿਤੇ ਗੋਲੀ ਚੱਲੀ ਆ, ਠੀਕ ਆ ਜੀ। ਉਹਦੇ ਸੰਬੰਧ ਵਿੱਚ ਅਸੀਂ ਮੌਕੇ ਤੇ ਗਏ, ਜਾ ਕੇ ਵੈਰੀਫਾਈ ਕੀਤਾ। ਉੱਥੇ ਕੋਈ NRI ਆ ਜੀ, ਆਪਣੇ ਤਰੋਜਨ ਸਿੰਘ ਕੈਨੇਡਾ ਦਾ ਰਹਿਣ ਵਾਲਾ। ਉਹਦੇ ਘਰ ਕੋਈ ਜਿੰਦਰਪਾਲ ਆ, ਵੀ ਉਹਦਾ ਘਰ ਦੇ ਕੰਮ ਕਰਦਾ ਸੀ, ਸਾਰੇ ਪਰਿਵਾਰ ਸਮੇਤ ਉਹਦੇ ਘਰ ਦੇ ਵਿੱਚ ਰਹਿੰਦਾ ਸੀਗੇ ਤਕਰੀਬਨ 30-32 ਸਾਲ ਤੋਂ, ਠੀਕ ਆ ਜੀ। NRI ਨੇ ਕੋਈ ਬੰਦੇ ਬਾਹਰੋਂ ਮੰਗਾ ਕੇ, ਕੁਆਨੋਨ ਬੰਦੇ ਸੀਗੇ, ਉਹ ਬਾਹਰੋਂ ਮੰਗਾ ਕੇ ਉਹਦਾ ਸਾਰਾ ਜਿਹੜਾ ਸਮਾਨ ਸੀ ਉਹ ਵੀ ਜੋ ਕਮਰੇ ਚੋਂ ਬਾਹਰ ਕੱਢ ਕੇ ਸੁੱਟਦਾ ਜਾਂ ਕੋਈ ਸਮਾਨ ਲੈ ਕੇ ਚੱਲਣ ਲੱਗੇ, ਠੀਕ ਹੈ ਜੀ। ਅਤੇ ਉਹਨਾਂ ਕਿਤੇ ਫਾਇਰ ਵੀ ਕੀਤੇ, ਹਵਾ 'ਚ ਫਾਇਰ ਵੀ ਕੀਤੇ। ਇੱਕ ਜਿਹੜਾ ਫਾਇਰ ਹੈ ਕੋਈ ਉਹਦਾ ਭਤੀਜਾ ਵਾ ਜਿੰਦਰਪਾਲ ਦਾ, ਉਹਦੇ ਫਾਇਰ ਲੱਗਾ ਸੀਗਾ, ਸ਼ਰੇ ਲੱਗੇ ਗੋਲੀ ਦੇ। ਉਹ ਇਸ ਮੌਕੇ ਸਿਵਲ ਹੋਸਪਿਟਲ ਫਗਵਾੜਾ ਦਾਖਲ ਹੈ, ਠੀਕ ਹੈ ਜੀ। ਅਸੀਂ ਜਿੰਦਰਪਾਲ ਦਾ ਬਿਆਨ ਲੈ ਲਿਆ, ਬੰਦੀ ਕਾਰਵਾਈ 'ਚ ਮੁਕਦਮਾ ਦਰਜ ਕਰ ਲੈ ਗਏ ਹਾਂ। ਬਾਕੀ ਜਿਹੜੀ ਦੋਸ਼ੀਆਂ ਦੀ ਭਾਲ ਜਾਰੀ ਹੈ। ਜਲੰਧਰ ਸੇ ਪੁਨੀਤ ਅਰੋੜਾ, ਜੀਵੇ ਪੰਜਾਬ TV।